हेलो एंड वेलकम टू माई न्यू ब्लॉग गाइस। तो जितना कि पिछले संडे वाले ब्लॉग के कहा गया कि सरप्राइज़ आ, तो सरप्राइज़ तुम दसा अद्धा घंटा लगेगा, वेट करो। उठे हैं हजे 15-20 मिनट होए ने, 6 बजे ने सवेर के। नहा धो लिया, उसको भंगी बनया नहा लिए, फिर तुम सरप्राइज़ आने वाला अद्धे घंटे तक, एक घंटे तक, फिर तुम दस दें की चीज़ है। बंद बन्ने वा आ जा हांडा गिफ्ट मेरे साथ सिंगा क्या चल मध्या और दी साथ सिंगा जा तू आ जा गुनू कहाँ गई तू वही अरे ओ गई वैसे जाती नहीं है गुनू गुना सरप्राइज़ तो सारे वेख लिया होना, ये साडे रिश्तेदार ही ने, दिल्ली तो आए ने पूरे साल बाद, इन्हां नूं मिले आपां तो बहुत वधिया लगा। और जिहड़ी छोटी जी ड्रैस देख लैण, वो जी छोटी जी कुड़ी वो वास्ते सी, बहुत ही प्यारी कुड़ी है। बाकी चलें घूम फिर दिखावे तुहानू अगे भी ब्लॉग। पायलट भी बनना नो गंदी बात बच गन्नू ये लो एक गुट मिंदा गंदी मेरा दो मेरा ट्यूबल रखी है ना ट्यूबल हाँ जी इधर आओ गुन्नू आजो आजो ये लो फोन ले लो जे अंकल जी अंकल जी पता नहीं किधर चल गए अंकल जी आ गए बाहर खा लो रोटी खा लो गुन्नू हेलो कर दो हेलो कर दो हेलो चाह दही बन चलने घूम फिरने करतारपुर साहब चलने कोरीडोर चलने लिखाने तुम सारा सीन की बनना बड़ी हार्ड है
गुन्नू चिज्जी खाओगे? गुन्नू चिज्जी खाओगे? चिज्जी चिज्जी खाएंगे, चिज्जी घूमिंग घूमिंग करने चलेंगे ना, चिज्जी खाएंगे, ठीक है? ओ गुन्नू स्लीपिंग मोड हाँ डॉक्टर वन प्लस दा तो लैपटॉप दा किन्नर गुन्नू हाई फाई ऊपर लड़ा हाई फाई हाई फाई कर दो वेरी गुड दूर से गुन्नू आ जा इधर आ जो हाई फाई क्या गुन्नू पेंट घूम गया था घूम गया पेंट अपना ओ गुद 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 ਸੌਣ ਤੋਂ ਬਾਅਦ ਅਸੀਂ ਸਿੱਧਾ ਨਹਾਉਣ ਆ ਗਏ ਤੇ ਹੁਣ ਨਹਾ ਕੇ ਤੇ ਫਿਰ ਚੱਲਦੇ ਹਾਂ ਹਾਂਜੀ ਉਦਾਂ ਹੀ ਵੀਡੀਓ ਬਣਨ ਲੱਗੀ ਆ ਆ ਉਤਰਾ ਹੀ ਬਣ ਜਾਂਦਾ ਹੈ ਫਾਈਨਲੀ ਗਾਇਸ ਨਹਾ ਤੋਂ ਕੇ ਰੈਡੀ ਹੋ ਚੁੱਕੇ ਨੇ ਹੁਣ ਅਸੀਂ ਚੱਲੇ ਕਰਤਾਰਪੁਰ ਕੋਰੀਡੋਰ ਚੱਲੇ ਆ ਬਸ ਹੁਣ ਬਈ ਰੈਡੀ ਹੋਣੇ ਬਾਕੀ ਜਾਂਦਿਆਂ ਦਾ ਵੀ ਸਾਰਾ ਸੀਨ ਉਖਾਵਾਂਗੇ ਇੱਦਾਂ ਹੀ ਵਲੌਗ ਦੇ ਵਿੱਚ ਬਣੇ ਰਹੋ ਬਸ ਹੁਣ ਚੱਲੇ ਹਾਂ ਰੈਡੀ ਤੇ ਹੁਣ ਕੱਪੜੇ ਕੁੱਪੜੇ ਦੇਣੇ ਪਾਉਣ ਚਲੋ ਚੱਲਦੇ ਹਾਂ ਜਾਣਾ ਤਾਂ ਯਾਰ ਵੈਸੇ ਘਰ ਦੇ ਵਿੱਚ ਸੀਗਾ ਬਟ 6-7 ਜਾਣੇ ਆ ਤਾਂ ਸਾਰਿਆਂ ਨੇ ਘਰ ਦੇ ਵਿੱਚ ਬਹਿ ਨਹੀਂ ਸਕਣਾ ਮੈਂ ਤਾਂ ਮੰਮੀ ਜਾਵਾਂਗੇ ਮੋਟਰਸਾਈਕਲ 'ਤੇ ਪਲੈਨ ਤਾਂ ਵੈਸੇ ਘਰ ਦੇ ਵਿੱਚ ਜਾਣ ਦਾ ਬਣਾਇਆ ਬਟ ਹੁਣ ਕੀ ਕਰ ਸਕਦੇ ਹਾਂ 6-7 ਜਾਣੇ ਨਹੀਂ ਬਿਠਾ ਜਾਣਾ ਚੱਲਦੇ ਹਾਂ ਫਿਰ ਚਲੋ ਯਾਰ ਆਉਣਾ ਤਾਂ ਇੱਥੇ ਹੀ ਹੈ ਸਮੈਲ ਮਾਰਦੇ ਚਲੋ ਯਾਰ ਚੱਲਦੇ ਹਾਂ ਹੋਰ ਹੀ ਗੱਡੀ ਆ ਰਿਹਾ ਮੋਟਰਸਾਈਕਲ ਪਹਿਲਾਂ ਸੋਚਿਆ ਸੀ ਮੈਂ ਤੇ ਮੰਮੀ ਜਾਵਾਂਗੇ ਪਰ ਹੁਣ ਜਿਹੜੇ ਰਿਸ਼ਤੇਦਾਰ ਆਏ ਨੇ ਪ੍ਰਾਹੁਣੇ ਉਹ ਆਂਦੇ ਮੈਂ ਤੇਰੇ ਨਾਲ ਚੱਲਦਾ ਮੈਨੂੰ ਖੇਤਾਂ ਦੇ ਵਿੱਚ ਮਜ਼ਾ ਆਉਂਦਾ ਹੈ ਵੇਖਣ ਦਾ ਆਸ-ਪਾਸ ਤੇ ਹੁਣ ਮੇਰੇ ਨਾਲ ਚੱਲੇ ਨੇ ਬਾਕੀ ਸਾਰੇ ਗੱਡੀ 'ਚ ਜਾਂਦੇ ਨੇ ਸੀਨ ਵੀ ਤੁਹਾਨੂੰ ਸਾਰਾ ਵਿਖਾਵਾਂਗੇ Was it the voice? Was it the fire burning in me? All of the noise turned into choirs of harmony. ਫਾਈਨਲੀ ਯਾਰ ਕੋਰੀਡੋਰ ਪਹੁੰਚ ਗਏ ਹਾਂ ਤਾਂ ਅੱਗੇ ਜਾ ਕੇ ਤੁਹਾਨੂੰ ਗੁਰਦੁਆਰਾ ਵੀ ਜ਼ਰੂਰ ਵਿਖਾਵਾਂਗੇ ਬਣੇ ਰਹੋ ਵੀਡੀਓ ਵਿੱਚ ਆਹ ਗੁਰਦੁਆਰਾ ਗਏ
ਨਾ ਬਾਜ਼ਾਰ ਨਹੀਂ ਹਜੇ ਗਏ ਬਈ ਆਖੇ ਨਹੀਂ ਦੇਖ ਲੈਣਾ ਹੈ ਆਖੇ ਲੈ ਲੈਣੇ ਕੋਈ ਨਹੀਂ ਛੋਟਾ ਜਿਹਾ ਇੱਧਰ ਬਿਜਲੀ ਘਰ ਦੇ ਸਾਹਮਣੇ ਆ ਨਿੱਕਾ ਜਾਂ ਦੇ ਲੈਣਾ ਆਹੋ ਉਹ ਤੋਂ ਲਿਖਣਾ ਮੇਰੀ ਜੀ ਆਪਣੀ ਲਿਖਣਾ ਉਹ ਪਰ ਨਹੀਂ ਪਾਸ ਬਸ ਪਹੁੰਚ ਗਏ ਪਹਾੜ ਚੜ੍ਹ ਜਾਈਏ ਚੜ੍ਹ ਜਾਈਏ ਚੜ੍ਹ ਜਾਈਏ ਚੜ੍ਹ ਜਾਈਏ ਗੁਰਦੁਆਰਾ ਵੇਖ ਲਈਏ ਚੜ੍ਹ ਜਾਈਏ ਇਹ ਚੜ੍ਹ ਗਏ ਚੜ੍ਹ ਗਏ ਚੜ੍ਹ ਗਏ ਪਹੁੰਚ ਗਏ ਆਪਣੀ ਥਾਂ 'ਤੇ ਦੇਖੋ ਉਹ ਵੇਖੋ ਗੁਰਦੁਆਰਾ ਸਵੇਰ ਦੇ ਖੱਜਲ ਦੇ ਹੁਣ ਤੇ ਹੁਣ ਮਸਾਂ ਹੀ ਪਹੁੰਚੇ ਹਾਂ 6:30 ਹੋ ਗਏ ਇੱਥੇ ਸਾਨੂੰ 6:30 ਸਵੇਰ ਦੇ 9 ਤੁਰ ਜਾਣਾ ਸੀ ਅਸੀਂ ਪਰ 6:30 ਇੱਥੇ ਹੁਣ ਸ਼ਾਮਾਂ ਦੇ ਪਹੁੰਚੇ ਹਾਂ ਉਹ ਪਿੱਛੇ ਮੇਰੇ ਕਰਤਾਰਪੁਰ ਸਾਹਿਬ ਹੈ ਕੋਰੀਡੋਰ ਬੋਰਡਰ 'ਤੇ ਫੋਟੋ ਸ਼ੂਟ ਦਿਆਂ ਚੱਲਣ ਹੁਣ ਪਹਾੜ ਤੋਂ ਥੱਲੇ ਉਤਰੀਏ ਹਾਂਜੀ ਦੁਪਹਿਰ ਗੁਰਦੁਆਰਾ ਸਾਹਿਬ ਹਾਂਜੀ ਮੈਂ ਦੁਪਹਿਰ ਆਇਆ ਗੁਰਦੁਆਰਾ ਨਹੀਂ ਬਸ ਇਹ ਵਾਈਟ ਵਾਲਾ ਇਨਸਾਨ ਜੋ ਛੋਟੀ ਲਾਈਟ ਜਲ ਰਹੀ ਨਾ ਉਹ ਗੁਰਦੁਆਰੇ ਕੀ ਹੈ ਸਾਰਾ ਮਤਲਬ ਯਹਾਂ ਸੇ ਆਧਾ ਕਿਲੋਮੀਟਰ ਇਮੀਗ੍ਰੇਸ਼ਨ ਹੈ ਔਰ 1 ਕਿਲੋਮੀਟਰ ਉਹ ਹੈ ਔਰ ਬੀਚ ਮੇ ਹੀ ਉਹ ਹੈ ਆਪਣਾ ਮਤਾ ਦਰਿਆ ਕੌਣ ਸਾ ਹਾਂ ਰਾਵੀ ਨਦੀ ਹਾਂ ਰਾਵੀ ਨਦੀ ਹੈ ਇਹ ਆਗੇ ਜਾ ਕੇ ਚਲੋ ਚੱਲੀਏ ਹੁਣ ਕਿਤੇ ਹੋਰ ਮਾਰਕੀਟ ਜਾਣਾ ਸੀਗਾ ਥੋੜ੍ਹਾ ਕੰਮ ਆ ਅੱਛਾ ਸੁਭਾ ਫਿਰ ਮਾਰਕੀਟ ਜਾਂਦੇ ਆ ਥੋੜ੍ਹਾ ਬਹੁਤਾ ਸਮਾਨ ਲੈਣਾ ਸੀਗਾ ਸਤਨਾਮ ਮੁਕਤਾਰ ਸਾਹਿਬ
ਲੈਣਾ ਅਸੀਂ 4-5 ਦਿਨ ਕੱਲ ਸਵੇਰੇ ਭਾਜੀ ਪਨੀਰ ਕਰ ਦਿਓ ਫਾਈਨਲੀ ਯਾਰ ਘਰੇ ਪਹੁੰਚ ਚੁੱਕੇ ਹਾਂ ਅਤੇ ਹੁਣ ਬਹੁਤ ਜ਼ਿਆਦਾ ਥੱਕ ਗਏ ਹਾਂ ਹਨੇਰੇ ਕਰਕੇ ਕੁਛ ਜਿਹੜੇ ਆ ਵਲੌਗ ਸ਼ੋਰਟਸ ਦੇ ਨਹੀਂ ਲਏ ਗਏ ਹਨੇਰੇ ਕਰਕੇ ਅਤੇ ਹੁਣ ਘਰ ਪਹੁੰਚ ਚੁੱਕੇ ਬਹੁਤ ਥੱਕ ਗਏ ਹੁਣ ਸੌਂ ਜਾਈਏ ਅਤੇ ਇੱਥੇ ਵਲੌਗ ਐਂਡ ਕਰਦੇ ਜੇ ਵਲੌਗ ਵਧੀਆ ਲੱਗਾ ਲਾਈਕ ਕਰਦੇ ਕਮੈਂਟ ਕਰ ਦਿਓ ਅਤੇ ਸ਼ੇਅਰ ਕਰਕੇ ਦੱਸੋ ਕਿਵੇਂ ਦਾ ਲੱਗਾ